ਦੂਜਾ ਅਰਵਿੰਦ ਕੇਜਰੀਵਾਲੇ ਜਿਹੜੇ ਆਪਣੇ ਆਪ ਨੂੰ ਇਮਾਨਦਾਰ ਭਾਰਤੀ ਹਿੰਦੂ ਦੱਸਦੇ ਆ, ਪਰ ਉਹ ਬੇਈਮਾਨ ਭਾਰਤੀ ਹਿੰਦੂ ਤੋਂ ਵੀ ਖਤਰਨਾਕ ਨਿਕਲੇ। 2014 ਤੋਂ ਅਰਵਿੰਦ ਕੇਜਰੀਵਾਲ ਜਦੋਂ ਇਹਨਾਂ ਦੇ ਕੋਲ ਸੱਤਾ ਨਹੀਂ ਸੀ, ਅਮਰੀਕਾ ਆਉਂਦਾ ਔਰ ਇੱਥੇ ਵਾਅਦਾ ਕਰਦਾ ਨਿਊਯਾਰਕ ਦੇ ਵਿੱਚ ਖਾਲਿਸਤਾਨੀ ਪੱਖੀ ਉਹਨਾਂ ਧਿਰਾਂ ਦੇ ਨਾਲ, ਅਸੀਂ ਉਦੋਂ ਵੀ ਰੋਕਿਆ ਸੀ ਉਹਨਾਂ ਧਿਰਾਂ ਨੂੰ, ਪਰ ਇਹਨੇ ਵਾਅਦਾ ਕੀਤਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ 5 ਘੰਟੇ ਦੇ ਵਿੱਚ ਛੱਡ ਦਿੱਤਾ ਜਾਏਗਾ ਜਦੋਂ ਇਹਨਾਂ ਦੀ ਸਰਕਾਰ ਬਣੀ। ਅੱਜ 9ਵਾਂ ਸਾਲ ਹੈ ਇਹਨਾਂ ਦੀ ਸਰਕਾਰ ਬਣੀ ਨੂੰ, ਪਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤਾਂ ਕੀ ਛੱਡਣਾ ਸੀ। ਬਾਕੀ ਸਿੰਘ ਜਿਹੜੇ ਅੱਜ ਖਾਲਿਸਤਾਨ ਦੀ ਗੱਲ ਕਰਦੇ ਆ, ਪੰਜਾਬ ਦੇ ਵਿੱਚ ਇਸ ਭੰਡਮਾਨ ਜਿਹੜਾ ਪਹਿਲਾਂ ਬਾਦਲ ਮਨਪ੍ਰੀਤ ਦਾ ਦਲਾਲ ਰਿਹਾ, 2012 ਦੇ ਵਿੱਚ ਲੱਖਾਂ ਡਾਲਰ ਲੈ ਗਿਆ ਔਰ ਉਸ ਤੋਂ ਬਾਅਦ 2014 ਤੋਂ ਲੈ ਕੇ ਅੱਜ ਤਾਈਂ $16 ਮਿਲੀਅਨ ਖਾਲਿਸਤਾਨੀ ਪੱਖੀ ਧਿਰਾਂ ਨੇ ਦਿੱਤਾ ਇਹ ਆਮ ਆਦਮੀ ਪਾਰਟੀ ਦੀ ਸਰਕਾਰਾਂ ਬਣਾਉਣ ਨੂੰ। ਝੂਠੇ ਪੁਲਿਸ ਮੁਕਾਬਲੇ ਇਸ ਅਰਵਿੰਦ ਕੇਜਰੀਵਾਲ ਦੀ ਹਦਾਇਤਾਂ ਤੇ ਡਾਇਰੈਕਸ਼ਨ ਹੇਠ ਹੋ ਰਹੇ ਹੈ। ਜ਼ਿੰਮੇਵਾਰ ਹੈ ਇਹ ਭਗਵੰਤ ਭੰਡਮਾਨ ਦਲਾਲ ਤੇ ਅਰਵਿੰਦ ਕੇਜਰੀਵਾਲ, ਸਿੱਖ ਪੰਥ ਤੇ ਪੰਜਾਬ ਦੇ ਖਿਲਾਫ ਭੁਗਤਣ ਵਾਲਾ। ਹੁਣ ਫੜਿਆ ਗਿਆ ਇੱਕ ਹਿੰਦੂ ਨੇ ਦੂਜਾ ਕੱਟੜਵਾਦੀ ਹਿੰਦੂ ਫੜ ਲਿਆ, ਹੁਣ ਪਿਆ ਇਹਨਾਂ ਦਾ ਆਪਸ ਦੇ ਵਿੱਚ ਪੇਚਾ ਤੇ ਜਦੋਂ ਜੇਲ੍ਹ ਵਿੱਚ ਜਾਏਗਾ ਕੇਜਰੀਵਾਲ, ਯਾਦ ਰੱਖ ਤੇਰੇ ਹੋਣਗੇ ਟਾਕਰੇ ਖਾਲਿਸਤਾਨੀ ਪੱਖੀ ਸਿੱਖਾਂ ਨਾਲ, ਉੱਥੇ ਫਿਰ ਲਿਆ ਜਾਏਗਾ ਹਿਸਾਬ ਤਾਬ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਕਿਉਂ ਨਹੀਂ ਛੱਡਿਆ, ਕਿਉਂ ਖਾਲਿਸਤਾਨ ਰੈਫਰੈਂਡਮ ਦੇ ਸੰਘਰਸ਼ ਕਰਨ ਵਾਲਿਆਂ ਦੇ ਉੱਤੇ ਕੇਸ ਝੂਠੇ ਪਾਏ ਗਏ, ਕਿਉਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਤੇ NSA ਲਾ ਕੇ ਡਿਬਰੂਗੜ੍ਹ ਭੇਜਿਆ ਗਿਆ। ਹਰ ਇੱਕ ਚੀਜ਼ ਦਾ ਹਿਸਾਬ ਹੋਏਗਾ ਜੇਲ੍ਹਾਂ ਦੇ ਵਿੱਚ। $16 ਮਿਲੀਅਨ ਵੀ ਸਿੱਖ ਪੰਥ ਦਾ, ਖਾਲਿਸਤਾਨੀ ਪੱਖੀ ਸਿੱਖਾਂ ਦਾ, ਆਮ ਆਦਮੀ ਪਾਰਟੀ ਨੇ ਲਿਆ, ਉਸ ਦਾ ਵੀ ਹਿਸਾਬ ਕਿਤਾਬ ਹੋਏਗਾ। ਪੰਜਾਬ ਵਾਲਿਓ, ਨਾ ਭੰਡਮਾਨ, ਨਾ ਕੈਪਟਨ, ਨਾ ਬਾਦਲ ਕੇ ਤੇ ਨਾ ਕੋਈ ਹੋਰ ਧਿਰ, ਤੁਹਾਡਾ ਹੱਲ ਹੈ ਖਾਲਿਸਤਾਨ। ਪੰਜਾਬ ਹੱਲ ਖਾਲਿਸਤਾਨ।